ਇਹ ਤੁਹਾਨੂੰ ਪਤਾ ਕਿ ਅਸੀਂ ਕੋਈ ਅੱਜ ਪਹਿਲੀ ਵਾਰੀ ਸਰਚ ਨਹੀਂ ਕਰ ਰਹੇ, ਡਿਫਰੈਂਟ ਟਾਈਮਸ 'ਤੇ ਸਾਨੂੰ DGP ਮਾਨਯੋਗ DGP ਸਾਹਿਬ ਦੇ ਆਫਿਸ ਤੋਂ ਡਿਫਰੈਂਟ ਸਰਚ ਜਾਂ ਕੋਰਡਨ ਕਰਨ ਲਈ ਆਰਡਰਸ ਆਉਂਦੇ ਆ, ਹੋਰ ਵੀ ਵੱਖਰੇ ਵੱਖਰੇ ਪ੍ਰੋਗਰਾਮ ਚਲਾਏ ਜਾਂਦੇ ਆ, ਕਈ ਵਾਰੀ ਅਸੀਂ ਉੱਥੇ ਸੁਸਾਇਟੀਜ਼ ਦੀ ਸਰਚ ਕਰਦੇ ਹਾਂ। ਅੱਜ ਅਸੀਂ ਆਪਣੇ ਜਿਹੜੇ ਇਲਾਕੇ ਦੇ ਪਿੰਡਾਂ ਦੇ ਜਿਹੜੇ ਸਕੈਟਰਡ ਡੇਰੇ ਨੇ ਬਾਹਰ, ਉਹਨਾਂ ਦੀ ਸਰਚ ਕੀਤੀ ਹੈ। ਅਤੇ ਮਤਲਬ ਐਵੇਂ ਨਹੀਂ, ਪਹਿਲਾਂ ਵੀ ਕਰਦੇ ਰਹੇ ਹਾਂ ਅਤੇ ਹੁਣ ਵੀ ਲਗਾਤਾਰ ਕਰਦੇ ਰਹਾਂਗੇ ਅੱਗੇ ਵੀ। ਸਰਚ ਅਭਿਆਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਜਾਂ ਕੋਈ ਅਜਿਹੀ ਸਮੱਗਰੀ ਮਿਲੀ ਹੈ ਜੋ ਕਿ ਕਾਨੂੰਨ ਤੋਂ ਬਾਹਰ ਹੋਵੇ? ਤੁਹਾਨੂੰ ਦੱਸਿਆ ਕਿ ਅਸੀਂ ਪੂਰੇ ਪੰਜਾਬ 'ਚ ਸਰਚ ਓਪਰੇਸ਼ਨ ਚੱਲ ਰਿਹਾ ਅਤੇ ਸਾਡੇ ਡਿਸਟ੍ਰਿਕਟ ਦਾ ਵੀ ਜਦੋਂ ਹੁਣ ਅਸੀਂ ਕੰਬਾਈਂਡ ਡਾਟਾ ਕਲੈਕਟ ਕਰਕੇ ਇਹਦੇ ਬਾਰੇ SSP ਸਾਹਿਬ ਵੀ ਜਾਣਕਾਰੀ ਦੇਣਗੇ ਸ਼ਾਮ ਨੂੰ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਮਾਹੌਲ ਗਰਮ ਹੈ, ਕਈ ਥਾਵਾਂ 'ਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀਆਂ ਵੀ ਹੋ ਰਹੀਆਂ ਹੈ, ਕਿਆ ਅੱਜ ਦੀ ਸਰਚਿੰਗ ਉਹਨਾਂ ਦੇ ਲਈ ਮਤਲਬ ਸਾਥੀਆਂ ਦੀ ਗ੍ਰਿਫਤਾਰੀ ਲਈ ਤਾਂ ਕੀਤੀ ਜਾ ਰਹੀ ਹੈ? ਨਹੀਂ, ਸਪੈਸੀਫਿਕਲੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਉਹਦੇ ਕਰਕੇ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸਿਆ ਵੀ ਪਹਿਲਾਂ ਵੀ ਅਸੀਂ ਕਰਦੇ ਰਹਿੰਦੇ ਹਾਂ ਅਤੇ ਹੁਣ ਵੀ ਅੱਜ ਵੀ ਕੀਤੀ ਹੈ, ਫਰਦਰ ਵੀ ਜਾਰੀ ਰਹੇਗੇ ਕੋਆਰਡੀਨੇਟ ਸਰਚ ਓਪਰੇਸ਼ਨ। ਇਹਦਾ ਡੈਟਰੈਂਟ ਇਫੈਕਟ ਹੁੰਦਾ ਆਮ ਸਿਟੀਜ਼ਨ ਦੇ ਮਨ 'ਚ, ਜਿਹੜਾ ਹੈਗਾ ਬੜੀ ਇੱਕ ਭਾਵਨਾ ਹੁੰਦੀ ਹੈ ਸਿਕਿਉਰਿਟੀ ਦੀ, ਅਤੇ ਇਸ ਕਰਕੇ ਡਿਫਰੈਂਟ ਟਾਈਮਸ 'ਤੇ ਅਸੀਂ ਕਰਦੇ ਰਹਿੰਦੇ ਹਾਂ।